ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਅਗਰ ਤੁਸੀਂ ਕੋਵਿਡ ਟੈਸਟ ਕਰਾਇਆ ਹੋਇਆ ਹੈ ਤਾਂ ਉਹਦੀ ਜੜੀ ਰਿਪੋਰਟ ਆਂਦੀ ਹੈ ਸਰ ਫਾਈਡੀ ਆਂਦੀ ਹੈ ਉਹਦੇ ਥਰੂ ਤੁਸੀਂ ਕਿਵੇਂ ਚੈੱਕ ਕਰਨਾ ਹੈ ਕਿ ਤੁਹਾਡਾ ਜਿਹੜਾ ਰਿਪੋਰਟ ਦਾ ਰਿਜ਼ਲਟ ਹੈ ਕਿ ਤੁਸੀਂ ਪੋਜ਼ਿਟਿਵ ਹੋ ਜਾਂ ਨੈਗੇਟਿਵ ਹੋ ਇਹ ਜੜੀ ਰਿਪੋਰਟ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਉਹਦੇ ਲਈ ਕਿਹੜੀ ਤੁਸੀਂ ਐਪ ਯੂਜ਼ ਕਰਨੀ ਹੈ ਇਨਕਲੂਡਿੰਗ ਪੂਰਾ ਪ੍ਰੋਸੈਸ ਮੈਂ ਤੁਹਾਨੂੰ ਡਿਫਾਈਨ ਕਰਾਂਗਾ ਇਸ ਵੀਡੀਓ ਦੇ ਵਿੱਚ ਤਾਂ ਉਹਦੇ ਲਈ ਤੁਸੀਂ Play Store ਚੋਂ COVA ਐਪ ਡਾਊਨਲੋਡ ਕਰ ਲੈਣਾ ਜਿਹੜਾ ਤੁਸੀਂ ਫੋਨ ਨੰਬਰ ਉੱਥੇ ਲਿਖਵਾਇਆ ਸੀ ਉਹ ਫੋਨ ਦੇ ਨਾਲ ਤੁਸੀਂ ਠੀਕ ਹੈ ਜੀ ਆਪਣਾ ਇਹਨੂੰ ਰਜਿਸਟਰ ਕਰ ਲੈਣਾ ਕੋ ਐਪ ਹੈ ਠੀਕ ਹੈ ਜੀ ਇਹਨੂੰ ਅਪਡੇਟ ਕਰ ਲੈਣਾ ਠੀਕ ਹੈ ਜਰ ਨਹੀਂ ਕੀਤਾ ਹੋਇਆ ਅਗਰ ਪਹਿਲੇ ਤੋਂ ਡਾਊਨਲੋਡ ਹੈ ਇਹਨੂੰ অপারেਟ ਕਰਨਾ ਅਗਰ ਨਹੀਂ ਡਾਊਨਲੋਡ ਇਹਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਲੈਣਾ ਤੇ ਆਪਣਾ ਜਿਹੜਾ ਫੋਨ ਨੰਬਰ ਜਿਹੜਾ ਤੁਸੀਂ ਰਿਪੋਰਟ ਦੇ ਵਿੱਚ ਲਿਖਵਾਇਆ ਸੀ ਉਹ ਰਜਿਸਟਰ ਕਰ ਲੈਣਾ ਅਪਡੇਟ ਹੋਣ ਤੋਂ ਬਾਅਦ ਤੁਸੀਂ ਇਹਨੂੰ ਓਪਨ ਕਰ ਲੈਣਾ ਆਪਾਂ ਫਿਲਹਾਲ ਇਹਨੂੰ ਪਹਿਲੇ ਤੋਂ ਡਾਊਨਲੋਡ ਕੀਤਾ ਸੀ ਅਪਡੇਟ ਹੋਣ ਵਾਲੀ ਐਪ ਸੀ ਇਹਨੂੰ ਅਪਡੇਟ ਕੀਤਾ ਹੈ ਉਸ ਤੋਂ ਬਾਅਦ ਇੱਥੇ ਆ ਤੁਸੀਂ ਦੇਖ ਸਕਦੇ ਹੋ ਟੌਪ ਤੇ 3 ਲਾਈਨਸ ਆ ਤੁਸੀਂ ਇੱਥੇ ਕਲਿੱਕ ਕਰਨਾ ਹੈ ਅਤੇ ਇੱਥੇ ਜੀ ਕੋਵਿਡ ਵੈਕਸੀਨ ਰੈਜਿਸਟ੍ਰੇਸ਼ਨ ਤੋਂ ਥੱਲੇ ਚੈੱਕ ਕੋਵਿਡ 19 ਰਿਜ਼ਲਟ ਹੈ ਤੁਸੀਂ ਉੱਤੇ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਇੱਥੇ ਦੋ ਰਿਜ਼ਲਟ ਆਣਗੇ ਸਰਚ ਬਾਈ ਇੱਕ SRF ID ਅਤੇ ICMR ID ਤੁਸੀਂ ਇੱਥੋਂ SRF ID ਠੀਕ ਹੈ ਜੀ ਸਿਲੈਕਟ ਕਰਨਾ ਸੋ ਇਹ ਹੈ ਜੀ ਮੈਸੇਜ ਜਿਹੜਾ ਆਇਆ ਹੋਇਆ ਹੈ ਆਪਾਂ ਇਹ ਮੈਸੇਜ ਚੋਂ ਜਿਹੜੀ ਤੁਹਾਡੀ ਐਸ ਆਰ ਐਫ ਆਈ ਡੀ ਆਪਾਂ ਇਹਨੂੰ ਸਿਲੈਕਟ ਕਰਕੇ ਕਾਪੀ ਕਰ ਲੈਣਾ ਹੈ ਤੁਸੀਂ ਉੱਥੇ ਲਿਖ ਵੀ ਸਕਦੇ ਹੋ ਉਹਨੂੰ ਕਾਪੀ ਕਰ ਲੈਣਾ ਹੈ ਕਾਪੀ ਕਰਕੇ ਤੁਸੀਂ ਕੀ ਕਰਨਾ ਹੈ ਇੱਥੇ ਐਸ ਆਰ ਐਫ ਆਈ ਡੀ ਫਿਲ ਕਰ ਦੇਣੀ ਆ ਉੱਪਰ ਵਾਲੇ ਬਲਾਕ 'ਚ ਇੱਥੇ ਜਦੋਂ ਤੁਸੀਂ ਫਿਲ ਕਰੋਗੇ ਅਤੇ نیچے ਤੁਸੀਂ ਰਜਿਸਟਰਡ ਮੋਬਾਈਲ ਨੰਬਰ ਫਿਲ ਕਰ ਦੇਣਾ ਜਿਹੜਾ ਤੁਸੀਂ ਉਦੋਂ ਕੋਵਿਡ ਟੈਸਟ ਕਰਵਾਇਆ ਸੀਗਾ ਠੀਕ ਹੈ ਜੀ ਉੱਥੇ ਤੁਸੀਂ ਇਹਨੂੰ ਨੰਬਰ ਨੂੰ ਲਿਖਵਾਇਆ ਸੀਗਾ ਉਸ ਤੋਂ ਬਾਅਦ ਇਹ ਜਿਹੜਾ ਨੰਬਰ ਆ ਉੱਤੇ ਤੁਹਾਨੂੰ ਓਟੀਪੀ ਆਊਗਾ ਜਿਹੜਾ ਤੁਹਾਡਾ ਫੋਨ ਹੈ ਜਿਹੜਾ ਤੁਸੀਂ ਨੰਬਰ ਉੱਥੇ ਲਿਖਵਾਇਆ ਸੀ OTP ਨਾਲ ਦੇ ਨਾਲ ਆ ਜਾਂਦਾ ਹੈ ਕੀਵਰਡ ਥੋੜਾ ਟਾਈਮ ਲੱਗ ਜਾਂਦਾ ਹੈ ਉਹ ਜਿਹੜਾ OTP ਆ ਤੁਸੀਂ ਇੱਥੇ ਫਿਲ ਕਰ ਦੇਣਾ OTP ਫਿਲ ਹਾਲ ਸਾਨੂੰ ਆ ਗਿਆ ਹੈ OTP ਫਿਲ ਕਰਨ ਤੋਂ ਬਾਅਦ ਤੁਸੀਂ ਨੀਚੇ ਵੈਰੀਫਾਈ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਆ SRFID ਹੈ ਆ ਨਾਮ ਹੈ ਨਾਮ ਤਾਂ ਉੱਥੇ ਸ਼ੋ ਵੀ ਕੀਤਾ ਸੀ ਸੈਂਪਲ ਕਦੋਂ ਉਹਨਾਂ ਨੇ ਕਲੈਕਟ ਕੀਤਾ ਸੀ ਅਤੇ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਪੋਜ਼ਿਟਿਵ ਹੈ ਐਂਡ ਐਕਟਿਵ ਹੈ ਤੇ ਸ਼ੋ ਕਰਦਾ ਪਿਆ ਹੈ ਅਗਰ ਤੁਸੀਂ ਕਿਤੇ ਵੀ ਜਾਂਦੇ ਹੋਗੇ ਤੁਹਾਡੇ ਕੋ ਹਾਰਡ ਕਾਪੀ ਨਹੀਂ ਹੈ ਮਤਲਬ ਪ੍ਰਿੰਟ ਆਊਟ ਨਹੀਂ ਹੈ ਤੁਸੀਂ ਕਿਤੇ ਵੀ ਅਗਰ ਜਾਂਦੇ ਹੋ ਕਿਸੇ ਅਦਰ ਸਟੇਟ ਵਿੱਚ ਉਤੇ ਤੁਸੀਂ ਰਿਪੋਰਟ ਦੱਸ ਸਕਦੇ ਹੋ ਇਨਕਲੂਡਿੰਗ ਆ ਦੇਖੋ ਡੇਟ ਦੱਸੀ ਹੋਈ ਹੈ ਇਹ ਜਿਹੜੀ ਐਸਆਰਐਫ ਆਈਡੀ ਉਹਨਾਂ ਕੋ ਵੀ ਅਗਰ ਕੋਈ ਐਪ ਹੁੰਦੀ ਉੱਤੇ ਐਸਆਰਐਫ ਆਈਡੀ ਥਰੂ ਉਹ ਤੁਹਾਡਾ ਰਿਕਾਰਡ ਦੇਖ ਸਕਦੇ ਕਿ ਬੰਦਾ ਪੋਜ਼ਿਟਿਵ ਹੈ ਜਾਂ ਨੇਕਟਿਵ ਹੈ ਸੋ ਇਹ ਸੀ ਪੂਰਾ ਵਰਸਸ ਕਾਫੀ ਜ਼ਿਆਦਾ ਬੰਦਿਆਂ ਨੂੰ ਪ੍ਰੋਬਲਮ ਆਂਦੀ ਹੈ ਲੋਕਾਂ ਨੂੰ ਪ੍ਰੋਬਲਮ ਆਂਦੀ ਹੈ ਕਿ ਇਹ ਜਿਹੜਾ ਆਪਾਂ ਕੋਵਿਡ ਟੈਸਟ ਕਰਾਇਆ ਸੀ ਆਪਾਂ ਕਿਤੇ ਜਾਣਾ ਹੈ ਤਾਂ ਉਹਦੀ ਜਿਹੜੀ ਰਿਪੋਰਟ ਹੈ ਆਪਾਂ ਉਹਨਾਂ ਕੈਪਟਨ ਸਾਹਿਬ ਨੇ ਐਪ ਥਰੂ ਸਾਰਾ ਡਾਟਾ ਸ਼ੋਅ ਕੀਤਾ ਹੈ ਠੀਕ ਹੈ ਜੀ ਜਿਹਦੇ ਵਿੱਚ ਹੈ ਗਿਆ ਜਿਹੜੇ ਵੀ ਇਹਨਾਂ ਨੇ ਟੀਮ ਵਗੈਰਾ ਬਣਾਈ ਹੋਈ ਹੈ ਸਾਰਾ ਕੁਝ ਅਪਡੇਟਡ ਹੈ ਪਾਸਵਰਡ ਵੀ ਤੁਸੀਂ ਥਰੂ ਬਣਾ ਸਕਦੇ ਹੋ ਪਾਸ ਕਿਤਾ ਬਣਾਣਾ ਹੈ ਉਹ ਵੀ ਮੈਂ ਵੀਡੀਓ ਪਹਿਲਾਂ ਹੀ ਤਾਂ ਅਪਲੋਡ ਕੀਤੀ ਹੋਈ ਹੈ ਉਹਦੇ ਲਈ ਤੁਸੀਂ ਆਈ ਬਟਨ ਤੇ ਉਸ ਵੀਡੀਓ ਦਾ ਲਿੰਕ ਦੇਖ ਸਕਦੇ ਹੋ ਸੋ ਇਹ ਸੀ ਪੂਰਾ ਪ੍ਰੋਸੈਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਬਿਕੋਜ਼ ਜਿਹੜੀ ਪ੍ਰੋਸੈਸ ਮੈਂ ਟਾਣਾ ਸ਼ੇਅਰ ਕੀਤੀ ਹੈ ਕਾਫੀ ਪਰਸਨਸ ਨੂੰ ਨਹੀਂ ਪਤਾ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਸਕਿਆ ਕਿ ਅਤੇ ਉਹ ਵੀ ਆਪਣਾ ਜਿਹੜਾ ਐਸ ਆਰ ਫਾਈਲੀ ਥਰੂ ਅਤੇ ਆਈ ਜ਼ੀ ਐਮ ਆਰ ਥਰੂ ਆਪਣਾ ਜਿਹੜਾ ਕੋਵਿਡ ਦਾ ਰਿਜ਼ਲਟ ਆ ਉਹ ਚੈੱਕ ਕਰ ਸਕਣ। ਸੋ थैंक यू फ्रेंड्स फॉर वाचिंग दिस ਵੀਡੀਓ ਐਂਡ ਫॉर ਯੂਅਰ ਵੈਲੇਬਲ ਟਾਈਮ।